ਗੁਰੂ ਨਾਨਕ ਪਾਤਸ਼ਾਹ ਇੱਕ ਵਾਰ ਪ੍ਰਚਾਰ ਕਰਨ ਜਾ ਰਹੇ ਸੀ ਅਤੇ ਇੱਕ ਜਗ੍ਹਾ 'ਤੇ ਰੁਕੇ। ਉੱਥੇ ਗੁਰੂ ਪਾਤਸ਼ਾਹ ਨੇ ਕੀ ਵੇਖਿਆ, ਬੜੀ ਸਾਰੀ ਸੰਗਤਾਂ ਇਕੱਠੀ ਹੋ ਜਾਂਦੀਆਂ ਸਨ ਜਿੱਥੇ ਗੁਰੂ ਨਾਨਕ ਪਾਤਸ਼ਾਹ ਜਾਂਦੇ ਸਨ, ਅਤੇ ਉਹਨਾਂ ਸਾਰਿਆਂ ਤੋਂ ਗੁਰੂ ਨਾਨਕ ਪਾਤਸ਼ਾਹ ਪੁੱਛ ਰਹੇ ਨੇ ਤੁਸੀਂ ਕੀ ਕਰਦੇ ਹੋ, ਤੁਹਾਡਾ ਨਾਂ ਕੀ ਹੈ, ਹੈ ਨਾ, ਜਿਵੇਂ ਆਪਾਂ ਇੰਟਰੋਡਕਸ਼ਨ ਕਰਦੇ ਹਾਂ ਨਾ। ਅਤੇ ਇੱਕ ਬੰਦਾ ਉਸ ਵਿੱਚ ਬੈਠਾ ਸੀ, ਉਹ ਕਹਿੰਦਾ ਜੀ ਮੇਰਾ ਨਾਮ ਭੂਮੀਆ ਹੈ। ਗੁਰੂ ਪਾਤਸ਼ਾਹ ਆਖਦੇ ਨੇ ਕਰਦੇ ਕੀ ਹੋ, ਕਹਿੰਦੇ ਜਿਵੇਂ ਚੋਰ ਆ। ਬੜੇ ਪਿਆਰ ਨਾਲ ਦੱਸਿਆ ਮੈਂ ਚੋਰ ਹਾਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅੱਛਾ, ਅਤੇ ਫਿਰ ਕਹਿੰਦੇ ਨੇ ਵੈਸੇ ਤਾਂ ਚੋਰੀ ਕਰਨਾ ਚੰਗੀ ਗੱਲ ਨਹੀਂ ਹੈ, ਪਰ ਮੈਨੂੰ ਚੋਰੀ ਕਰਨਾ ਛੱਡਣ ਲਈ ਨਾ ਕਹਿਣਾ। ਗੁਰੂ ਪਾਤਸ਼ਾਹ ਕਹਿੰਦੇ, ਗੁਰੂ ਪਾਤਸ਼ਾਹ ਨੂੰ ਭੂਮੀਆ ਚੋਰ ਆਉਂਦਾ, ਮੈਨੂੰ ਚੋਰੀ ਕਰਨ ਛੱਡਣ ਵਾਸਤੇ ਨਾ ਕਹਿਣਾ। ਗੁਰੂ ਪਾਤਸ਼ਾਹ ਕਹਿੰਦੇ ਚਲੋ ਨਹੀਂ ਕਹਿੰਦੇ, ਕਹਿੰਦੇ ਪਰ ਮੈਂ ਤੁਹਾਨੂੰ ਤਿੰਨ ਕੰਡੀਸ਼ਨ ਤਿੰਨ ਸ਼ਰਤਾਂ ਨੇ ਉਹ ਮੰਨੇਗਾ, ਭੂਮੀਆਂ ਚ ਉਹ ਰੱਖਦਾ, ਜਿੰਨੀਆਂ ਸ਼ਰਤਾਂ ਕਹੋਗੇ ਮੰਨਾਗਾ, ਪਰ ਇਹ ਮੇਰਾ ਜੋ ਮੇਰਾ ਮੇਰੇ ਪੇਰੈਂਟਸ ਹਨ, ਮਤਲਬ ਮੇਰੇ ਦਾਦਾ ਮੇਰੇ ਪੜਦਾਦਾ ਮੇਰੇ ਪਿਤਾ ਜੀ ਸਭ ਇਹੋ ਕੰਮ ਕਰਦੇ ਸਨ, ਮੈਂ ਇਹ ਕੰਮ ਨਹੀਂ ਛੱਡ ਸਕਦਾ। ਗੁਰੂ ਪਾਤਸ਼ਾਹ ਕਹਿੰਦੇ ਚਲੋ ਕੋਈ ਨਾ, ਇਹ ਕੰਮ ਨਾ ਛੱਡ, ਪਰ ਤਿੰਨ ਸ਼ਰਤਾਂ ਮੰਨੇਗਾ, ਕਹਿੰਦਾ ਸ਼ਰਤਾਂ ਜਿੰਨੀਆਂ ਕਹੋਗੇ ਮੰਨਾਗਾ। ਪਹਿਲੀ ਸ਼ਰਤ ਕੀ ਕਹਿੰਦੇ, ਪਹਿਲੀ ਸ਼ਰਤ ਝੂਠ ਨਹੀਂ ਬੋਲਣਾ, ਦੂਜੀ ਸ਼ਰਤ ਤੀਜੀ ਸ਼ਰਤ ਕਿਸੇ ਦੀ ਨਮਕ ਖਾ ਕੇ ਕਿਸੇ ਦਾ ਨਮਕ ਖਾ ਕੇ ਉਸਦੇ ਨਾਲ ਬੇਈਮਾਨੀ ਨਹੀਂ ਕਰਨੀ। ਅਬ ਜੈਸੇ ਆਪਾਂ ਨੇ ਕਿਸੇ ਘਰ ਖਾਣਾ ਖਾ ਲਿਆ ਔਰ ਫਿਰ ਉਸਕੇ ਘਰ ਪਰ ਚੋਰੀ ਕਰੇ, ਐਸਾ ਨਹੀਂ ਕਰਨਾ। ਕਲੀਅਰ, ਨਮਕ ਖਾ ਕੇ ਨਮਕ ਖਾ ਕੇ ਚੋਰੀ ਇਤਨੀ ਚੋਰੀ ਉਸਦੇ ਨਾਲ ਬੇਈਮਾਨੀ ਨਹੀਂ ਕਰੇ। ਉਸਨੂੰ ਕਹਿੰਦੇ ਨਮਕ ਹਰਾਮ ਨਹੀਂ ਕਰਨਾ, ਨੂਨ ਹਰਾਮ ਨਹੀਂ ਕਹਿੰਦੇ ਨਾ, ਉਹ ਨਹੀਂ ਬਣਨਾ। ਜਿਵੇਂ ਉਹ ਗੰਗੂ ਬਣਿਆ ਸੀ ਨਾ, ਉਹਨਾਂ ਦੇ ਘਰ ਹੀ ਰਸੋਈਆ ਰਿਹਾ ਅਤੇ ਫਿਰ ਬੱਚਿਆਂ ਨੂੰ ਪਕੜਵਾ ਸਾਹਿਬਜ਼ਾਦੇ ਨੂੰ ਪਕੜਵਾ ਦਿੱਤਾ, ਉਹਨੂੰ ਕਹਿੰਦੇ ਨੂਨ ਹਰਾਮੀ, ਪੰਜਾਬੀ ਵਿੱਚ ਕਹਿੰਦੇ ਨੂਨ ਹਰਾਮੀ, ਜਿਹੜਾ ਕਿਸੇ ਦਾ ਨਮਕ ਖਾ ਕੇ ਉਸਦੇ ਨਾਲ ਦਗਾ ਕਰੇ ਧੋਖਾ ਕਰੇ, ਉਹਨੂੰ ਨੂਨ ਹਰਾਮੀ ਕਹਿੰਦੇ। ਠੀਕ ਹੈ, ਇਹੀ ਕਹਿ ਰਹੀ ਹੂੰ, ਨਮਕ ਖਾ ਕੇ ਕਿਸੇ ਕੇ ਸਾਥ ਬੇਈਮਾਨੀ ਨਹੀਂ ਕਰਨੀ। ਤੀਸਰੀ ਸ਼ਰਤ ਥੀ ਕਿ ਕਿਸੇ ਕੇ ਸਾਥ ਕਿਸੇ ਗਰੀਬ ਮਾਰ ਨਹੀਂ ਹੋਣੇ ਦੇਣਾ, ਗਰੀਬ ਮਾਰ ਨਹੀਂ ਹੋਣੇ ਦੇਣਾ। ਇਸਦਾ ਮਤਲਬ ਹੈ ਕਿ ਪਾਪ ਤੋਂ ਕਿਸੇ ਨੇ ਕਰਾ ਹੋ ਔਰ ਉਸਕੀ ਸਜ਼ਾ ਕਿਸੇ ਹੋਰ ਕੋ ਮਿਲ ਰਹੀ ਹੋ ਤੋ ਇਹ ਕੰਮ ਮਤ ਕਰਨੇ ਦੇਣਾ। ਸਮਝ ਆਈ, ਗਰੀਬ ਮਾਰ ਨਹੀਂ ਹੋਣੇ ਦੇਣਾ, ਗਰੀਬ ਮਾਰ ਨਹੀਂ ਹੋਣੇ ਦੇਣਾ, ਯਾਨੀ ਕਿਸੇ ਨੇ ਪਾਪ ਕੀਆ ਨਾ ਹੋ ਔਰ ਉਸਕੋ ਉਸਕੀ ਸਜ਼ਾ ਨਹੀਂ ਮਿਲਣੀ ਚਾਹੀਦੀ, ਇਹ ਧਿਆਨ ਰੱਖਣਾ। ਠੀਕ ਹੈ, ਨਹੀਂ ਤਾਂ ਕਈ ਵਾਰ ਐਸੇ ਹੋਤਾ ਨਾ ਕਿ ਕੋਈ ਜਦੋਂ ਕੋਈ ਕਿਸੇ ਦਾ ਕੇਸ ਹੁੰਦਾ ਅਤੇ ਕੋਈ ਝੂਠੀ ਗਵਾਹੀ ਦੇ ਦੇਵੇ, ਦੇ ਦਿੰਦੇ ਨਾ ਝੂਠੀ ਗਵਾਹੀ, ਗੀਤਾ ਦੇ ਹੱਥ ਰੱਖ ਕੇ ਝੂਠੀ ਗਵਾਹੀਆਂ ਦੇ ਦਿੰਦੇ ਨੇ ਨਾ ਲੋਕ, ਹੈ ਨਾ, ਝੂਠ ਬੋਲ ਦਿੰਦੇ ਨੇ ਨਾ, ਕਹਿੰਦੇ ਇੰਝ ਨਹੀਂ ਕਰਨਾ, ਕਿਸੇ ਦਾ ਜੋ ਪਾਪ ਕੀਤਾ ਹੈ ਅਤੇ ਸਜ਼ਾ ਕਿਸੇ ਹੋਰ ਨੂੰ ਮਿਲੇ ਇਹ ਨਹੀਂ ਕਰਨ ਦੇਣਾ, ਯਾਨੀ ਗਰੀਬ ਮਾਰ ਨਹੀਂ ਹੋਣ ਦੇਣਾ। ਠੀਕ ਹੈ, ਉਹ ਕਹਿੰਦੇ ਜੀ ਸਤ ਵਚਨ, ਇਹ ਤਿੰਨੋਂ ਸ਼ਰਤਾਂ ਮੈਂ ਆਪ ਜੀ ਦੀਆਂ ਮੰਨਾਂਗਾ, ਤਿੰਨਾਂ ਸ਼ਰਤ ਜਿਹੜੀਆਂ ਮੈਂ ਆਪ ਜੀ ਦੀ ਮੰਨਾਂਗਾ, ਹਮੇਸ਼ਾ ਮੰਨਾਂਗਾ। ਕਹਿੰਦੇ ਠੀਕ ਹੈ। ਇੱਕ ਦਿਨ ਨਾ ਉਸ ਭੂਮੀ ਚੋਰ ਦੇ ਫਿਰ ਜਦੋਂ ਉਹਦੀ ਸਾਰੀ ਸੰਗਤ ਹੋ ਗਈ, ਹਾਂਜੀ ਮੈਂ ਸਮਝਾਉਂਗੀ ਅਭੀ ਆ ਜਾਏਗਾ, ਫਿਰ ਕਿਆ ਹੋਇਆ, ਉਸ ਤੋਂ ਬਾਅਦ ਕੀ ਹੁੰਦਾ, ਉਹ ਸੋਚਦਾ ਭੂਮੀਆਂ ਚੋਰ ਸੋਚਦਾ ਕਿ ਚਲੋ ਮੈਂ ਗੁਰੂ ਨਾਨਕ ਪਾਤਸ਼ਾਹ ਦੀਆਂ ਤਿੰਨੋਂ ਸ਼ਰਤਾਂ ਤਾਂ ਮੈਂ ਮੰਨੀਆਂ ਨੇ, ਪਰ ਹੁਣ ਨਾ ਬੜਾ, ਹਾਂਜੀ ਧਿਆਨ ਕਿੱਥੇ ਸੀ, ਮਤਲਬ ਵਿੱਚ ਆ ਜਾਏਗਾ, ਤੀਜੀ ਸਮਝੋਗੇ ਨਾ ਉਸ ਲਿਆ ਜਾਏਗਾ ਸਮਝ, ਬਟ ਧਿਆਨ ਨਾਲ ਸੁਣਨਾ। ਉਹ ਕਹਿੰਦਾ ਜੀ ਮੈਨੂੰ ਬੜੇ ਦਿਨ ਹੋ ਗਏ ਛੋਟੀ ਛੋਟੀ ਚੋਰੀਆਂ ਕਰਦੇ, ਅਤੇ ਹੁਣ ਮੈਂ ਕੀ ਕਰਦਾ, ਇੱਕ ਰਾਜੇ ਦੇ ਘਰ ਚੋਰੀ ਕਰ ਲਿਆ, ਬੜਾ ਸਮਾਨ ਮਿਲ ਜਾਏਗਾ, ਫਿਰ ਮੈਨੂੰ ਬੜੇ ਟਾਈਮ ਤੱਕ ਚੋਰੀ ਨਹੀਂ ਕਰਨੀ ਪਵੇਗੀ। ਠੀਕ ਹੈ, ਇਹ ਸੋਚ ਕੇ ਗੁਰੂ ਨਾਨਕ ਪਾਤਸ਼ਾਹ ਦਾ ਉਹ ਜੋ ਸ਼ਰਤਾਂ ਉਸਨੇ ਗੁਰੂ ਨਾਨਕ ਪਾਤਸ਼ਾਹ ਨੇ ਲਗਾਈਆਂ ਸੀ, ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਜਾਂਦਾ
ਰਾਜੇ ਦੇ ਮਹਿਲ ਵਿੱਚ। ਰਾਤ ਦਾ ਵੇਲਾ ਹੈ, ਚੋਰੀ ਕਰਨ ਰਾਤੀ ਜਾਵਾਂਗੇ ਨਾ, ਰਾਤੀ ਜਾਏਗਾ ਨਾ ਚੋਰੀ ਕਰਨ ਕੋਈ, ਸਭ ਸੋ ਰਹੇ ਹੈ ਨਾ, ਜਿਸ ਸਾਰੇ ਸੋ ਰਹੇ ਹੋਣਗੇ। ਹੁਣ ਰਾਜੇ ਦੇ ਮਹਿਲ ਵਿੱਚ ਤਾਂ ਦਰਬਾਨ ਖੜਾ ਹੁੰਦਾ ਨਾ, ਚੌਕੀਦਾਰ ਖੜਾ ਹੁੰਦਾ ਨਾ, ਅੱਠੇ ਪੈਰ ਅੰਦਰ, ਕੋਈ ਅੰਦਰ ਅੰਦਰ ਜਾ ਸਕਦਾ ਹੈ ਨਹੀਂ ਨਾ। ਉੱਥੇ ਉਹ ਜਿਹੜੇ ਪਹਿਰੇਦਾਰ ਖੜੇ ਹੁੰਦੇ ਨੇ, ਉਹ ਪਹਿਰੇਦਾਰ ਖੜਾ ਸੀ, ਪਹਿਰੇਦਾਰ ਨੂੰ ਉਹ ਪੁੱਛਦਾ ਜੀ ਤੁਸੀਂ ਕੌਣ, ਕਹਿੰਦਾ ਦੁਨੀਆਂ ਚੋਰ ਪਹੁੰਚ ਗਿਆ ਰਾਜੇ ਦੇ ਮਹਿਲ ਵਿੱਚ, ਰਾਜੇ ਦੇ ਮਹਿਲ ਜਾ ਕੇ ਬਾਹਰ ਕਹਿੰਦਾ ਹੈ, ਅਤੇ ਉਹ ਪੁੱਛਿਆ, ਉਸਨੇ ਪੁੱਛਿਆ ਵੀ ਕੌਣ, ਕਹਿੰਦਾ ਜੀ ਮੈਂ ਚੋਰ। ਸੱਚ ਬੋਲਿਆ ਨਾ ਬੇਟਾ, ਝੂਠ ਕਿਤੇ ਬੋਲਿਆ, ਚੋਰ ਕਹਿੰਦਾ ਮੈਂ ਚੋਰ ਹਾਂ, ਝੂਠ ਤਾਂ ਬੋਲਿਆ ਹੀ ਨਹੀਂ। ਪਹਿਲੀ ਸ਼ਰਤ ਤੁਹਾਨੂੰ ਯਾਦ ਹੈ ਕਿ ਚੋਰ ਨਹੀਂ ਬੋਲਿਆ, ਮੈਂ ਹਾਂ ਚੋਰ ਹਾਂ। ਹੁਣ ਉਹ ਜਿਹੜਾ ਜਿਹੜਾ ਚੌਕੀਦਾਰ ਹੁੰਦਾ ਨਾ, ਉਸ ਦਰਬਾਨ ਜਿਹਨੂੰ ਆਪਾਂ ਆਖਦੇ ਹਾਂ, ਉਹ ਕਹਿੰਦਾ ਬਈ ਕੋਈ ਚੋਰ ਇਹ ਕਹਿ ਸਕਦਾ ਕਿ ਮੈਂ ਚੋਰ ਹਾਂ, ਇਹ ਤਾਂ ਜ਼ਰੂਰ ਰਾਜੇ ਦਾ ਕੋਈ ਰਿਸ਼ਤੇਦਾਰ ਹੋਵੇਗਾ। ਅਤੇ ਉਸਨੂੰ ਅੰਦਰ ਜਾਣ ਦਿੰਦਾ, ਉਸਨੂੰ ਅੰਦਰ ਜਾਣ ਦਿੰਦਾ। ਜਿਸਨੇ ਅੰਦਰ ਜਾਂਦਾ, ਬਾਕੀ ਤਾਂ ਸਾਰੇ ਸੁੱਤੇ ਪਏ ਨੇ, ਸਾਰੇ ਸੋਏ ਹੋਏ ਨਾ, ਅਤੇ ਉਹ ਕੀ ਕਰਦਾ, ਜਾ ਕੇ ਸਾਰਾ ਜਿਹੜਾ ਕੀਮਤੀ ਕੀਮਤੀ ਸਮਾਨ ਹੁੰਦਾ ਉਹ ਇਕੱਠਾ ਕਰਨਾ ਸ਼ੁਰੂ ਕਰਦਾ, ਅਤੇ ਸਾਰੀਆਂ ਉਹ ਕਹਿੰਦੇ ਨਾ ਗੱਠੜੀਆਂ ਬਣ ਜਾਂਦਾ, ਬੜੀ ਸਾਰੀ ਸਮਾਨ ਇਕੱਠਾ ਕਰਦਾ ਜਾਂਦਾ ਕਰਦਾ ਜਾਂਦਾ। ਅਤੇ ਕੁਝ ਉਹਨਾਂ ਉੱਥੋਂ ਚੱਦਰ ਚੁੱਕਦਾ, ਉਸ ਵਿੱਚ ਪੋਟਲੀਆਂ, ਪੋਟਲੀ ਨਹੀਂ ਕਹਿੰਦੇ, ਉਹ ਪੋਟਲੀਆਂ ਬੰਨਦਾ ਜਾਂਦਾ, ਕੁਝ ਹੀਰੇ ਜਵਾਹਰਾਤ ਜਿਹੜੀ ਜਿਹੜੀ ਚੀਜ਼ਾਂ ਮਿਲਦੀਆਂ ਨੇ ਵੱਖਰੀ ਵੱਖਰੀ ਪੋਟਲੀਆਂ ਬਣ ਜਾਂਦਾ, ਕੀਮਤੀ ਕੀਮਤੀ ਸਮਾਨ ਸਾਰਾ ਇਕੱਠਾ ਕਰ ਲੈਂਦਾ ਪੂਰੀ ਇਕੱਠੀ। ਕਹਿੰਦਾ ਮੈਨੂੰ ਇੰਨੀ ਦੇਰ ਹੋ ਗਈ, ਮੈਂ ਰਾਜੇ ਦੇ ਘਰ ਆਇਆ, ਖਾਲੀ ਪੇਟ ਜਾਵਾਂ, ਮੈਂ ਕੁਝ ਖਾ ਕੇ ਜਾਵਾਂ। ਹੁਣ ਕੀ ਕਰਦਾ, ਉਹ ਸਾਹਮਣੇ ਨਾ ਇੱਕ ਇੱਕ ਉਹ ਬਣਿਆ ਹੁੰਦਾ ਜਿਵੇਂ ਆਪਾਂ ਬੋਰਡ ਜਿਹਾ ਹੁੰਦਾ ਨਾ, ਉਸ ਦੇ ਵਿੱਚ ਇੱਕ ਸ਼ੀਸ਼ੀ ਪਈ ਹੁੰਦੀ ਹੈ, ਉਹ ਸ਼ੀਸ਼ੀ ਚੁੱਕਦਾ, ਉਹਦੇ ਵਿੱਚ ਚੂਰਨ ਸੀ, ਉਹ ਚੂਰਨ ਖਾ ਲੈਂਦਾ। ਚੂਰਨ ਖਾਣ ਦੇ ਨਾਲ ਚੂਰਨ ਵਿੱਚ ਕੀ ਹੁੰਦਾ, ਚੂਰਨ ਵਿੱਚ ਕੀ ਹੁੰਦਾ, ਨਮਕ, ਚੂਰਨ ਵਿੱਚ ਨਮਕ ਤਾਂ ਹੋਏਗਾ ਨਾ, ਚੂਰਨ ਵਿੱਚ ਨਮਕ ਸੀ। ਅਤੇ ਹੁਣ ਉਹਨੂੰ ਦੂਜੀ ਸ਼ਰਤ ਯਾਦ ਆਉਂਦੀ ਹੈ ਵੀ ਨਮਕ ਖਾ ਕੇ ਉਸ ਨਾਲ ਬੇਈਮਾਨੀ ਨਹੀਂ ਕਰਨੀ। ਇਹ ਸੋਚਦੇ ਸਾਰ ਉਹ ਸਾਰੀਆਂ ਪੋਟਲੀਆਂ ਜਿਹੜੀਆਂ ਬਣੀਆਂ ਹੋਈਆਂ ਸਨ ਨਾ, ਉੱਥੇ ਰੱਖਦਾ ਅਤੇ ਬਾਹਰ ਚਲਾ ਜਾਂਦਾ, ਕਿਉਂਕਿ ਉਹ ਖਾ ਚੁੱਕਿਆ ਸੀ ਨਾ ਚੂਰਨ, ਖਾ ਲਿਆ ਉਹਨੇ, ਅਤੇ ਉਹ ਖਾਣ ਦੇ ਸਾਰ ਉਹਨੂੰ ਪਤਾ ਲੱਗਿਆ ਵੀ ਨਮਕ ਹੈ, ਚੂਰਨ ਤਾਂ ਨਮਕ ਤੋਂ ਬਿਨਾਂ ਹੁੰਦਾ ਨਹੀਂ। ਅਤੇ ਹੁਣ ਕਹਿੰਦੇ ਦੂਜੀ ਸ਼ਰਤ ਗੁਰੂ ਨਾਨਕ ਪਾਤਸ਼ਾਹ ਜੀ ਉਹਨੂੰ ਯਾਦ ਆ ਗਈ ਵੀ ਆਪਾਂ ਕਿਸੇ ਦਾ ਨਮਕ ਖਾ ਕੇ ਉਸਦੇ ਨਾਲ ਬੇਈਮਾਨੀ ਨਹੀਂ ਕਰਨੀ। ਉਸਨੇ ਸਾਰਾ ਸਮਾਨ ਉੱਥੇ ਰੱਖਿਆ ਅਤੇ ਬਾਹਰ ਆ ਗਿਆ। ਉਸਨੇ ਵੀ ਬੜੇ ਅਦਬ ਸਤਿਕਾਰ ਨਾਲ ਜਿਹੜਾ ਖੜਾ ਸੀ ਨਾ ਉੱਥੇ ਚੌਕੀਦਾਰ, ਚੌਕੀਦਾਰ ਦਰਬਾਨ ਜਿਹਨੂੰ ਕਹਿੰਦੇ, ਉਹ ਕਹਿੰਦੇ ਜੀ ਚੱਲ ਮਿਲ ਕੇ ਆ ਗਿਆ ਹੋਏਗਾ ਰਾਜਾ ਜੀ ਨਾਲ, ਹੈ ਨਾ, ਕੋਈ ਖਾਸ ਇੱਦਾਂ ਨਜ਼ਦੀਕੀ ਹੋਏਗਾ, ਤੂੰ ਰਾਤੀ ਮਿਲਣ ਆਇਆ ਅਤੇ ਮਿਲ ਕੇ ਜਾ ਵੀ ਰਿਹਾ, ਹੁਣ ਹੈ ਵੀ ਖਾਲੀ ਆ, ਇਹ ਵੀ ਨਹੀਂ ਪੁੱਛ ਸਕਦਾ। ਜੇ ਬਾਏ ਦੀ ਵੇ ਉਹ ਕੁਛ ਲੈ ਕੇ ਜਾਂਦਾ ਤਾਂ ਵੀ ਉਸਦੇ ਮਨ ਵਿੱਚ ਨਹੀਂ ਆਉਣਾ ਸੀ, ਉਹ ਸੋਚਦਾ ਕਿ ਰਾਜਾ ਨੇ ਇਹਨੂੰ ਭੇਟਾਂ ਦਿੱਤੀਆਂ ਹੋਣਗੀਆਂ, ਕੋਈ ਦੁੱਖ ਦਿੱਤਾ ਹੋਏਗਾ, ਤਾਂ ਵੀ ਉਸਨੇ ਨਹੀਂ ਪੁੱਛਣਾ ਸੀ। ਪਰ ਹੁਣ ਇਹ ਤਾਂ ਵਿਚਾਰਾ ਹੈ ਹੀ ਸੀ ਖਾਲੀ ਹੱਥ, ਦੁਨੀਆ ਚੋਰ ਬਾਹਰ ਆ ਜਾਂਦਾ। ਬਾਹਰ ਆ ਕੇ ਜਸਲੇ ਬਾਹਰ ਆ ਗਿਆ, ਚਲਾ ਗਿਆ। ਹੁਣ ਸਵੇਰ ਹੋਈ, ਸਵੇਰ ਹੋਣੀ ਸੀ ਨਾ, ਸਾਰੇ ਉੱਠੇ। ਜਦੋਂ ਉੱਠੇ ਵੇਖਿਆ ਕਿ ਬਈ ਇੱਥੇ ਸਾਰਾ ਸਮਾਨ ਗੜਬੜ ਹੋਇਆ ਪਿਆ, ਪੋਟਲੀਆਂ ਬੰਨੀਆਂ ਪਈਆਂ ਸੀ, ਕੁਝ ਸਮਾਨ ਖਿੰਡਿਆ ਪਿਆ ਸੀ, ਹਾਲੇ ਹਾਲੇ ਪੋਟਲੀਆਂ ਬੰਨੀਆਂ ਸੀ, ਅਤੇ ਇੱਕ ਹੀ ਗੜਬੜ ਹੋਈ। ਕਹਿੰਦੇ ਫਿਰ ਵੇਖਿਆ ਕਿ ਕੋਈ ਸਮਾਨ ਗਾਇਬ ਨਹੀਂ ਹੈ, ਸਮਾਨ ਬਿਖਰਿਆ ਪਿਆ ਹੈ, ਕੁਝ ਪੋਟਲੀਆਂ ਬੰਨੀਆਂ ਪਈਆਂ ਨੇ, ਗੱਠਾਂ ਬੰਨੀਆਂ ਪਈਆਂ ਨੇ, ਪਰ ਸਾਰਾ ਸਮਾਨ ਪਿਆ, ਕੋਈ ਚੁੱਕਿਆ ਵੀ ਨਹੀਂ ਕੁਛ। ਬਈ ਕੋਈ ਚੋਰ ਆਇਆ ਵੀ ਸਹੀ, ਉਹਨੇ ਚੋਰੀ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਸਨੇ ਕੁਛ ਲੈ ਕੇ ਕਿਉਂ ਨਹੀਂ ਗਿਆ, ਇਹ ਤਾਂ ਹੋਰ ਵੀ ਅਜੀਬ ਗੱਲ ਹੈ, ਇਹ ਤਾਂ ਹੋਰ ਵੀ ਅਜੀਬ ਗੱਲ ਹੈ। ਹੁਣ ਰਾਜੇ ਨੇ ਸਵੇਰੇ ਸਾਰਾ ਜਿਹੜੀ ਧਰ ਪਕੜ ਸ਼ੁਰੂ ਹੋ ਗਈ ਜੀ, ਜਿਸ ਜਿਸ 'ਤੇ ਡਾਊਟ ਹੁੰਦਾ ਨਾ, ਇਹ ਚੋਰ ਨੇ, ਕਈ ਤਾਂ ਨਾਮੀ ਗਰਾਮੀ ਹੁੰਦੇ ਨੇ, ਅਤੇ ਉਹ ਸਾਰਿਆਂ ਨੂੰ ਪਕੜਨਾ ਸ਼ੁਰੂ ਕਰਕੇ ਉਹਨਾਂ ਦੀ ਕੁਟਾਈਆਂ ਸ਼ੁਰੂ ਹੋ ਗਈਆਂ। ਦੱਸੋ ਚੋਰੀ ਕਰਨ ਆਏ ਸੀ, ਦੱਸੋ ਚੋਰੀ ਕਰਨ ਆਏ ਸੀ ਤੁਸੀਂ ਰਾਜੇ ਦੇ ਮਹਿਲ, ਉਹ ਸਾਰੇ ਕਹਿਣਾ ਸੀ ਆਏ ਨਹੀਂ। ਹੁਣ ਜਿਸ ਵੇਲੇ ਇਹਨੂੰ ਪਤਾ ਲੱਗਿਆ ਵੀ ਇਹ ਤਾਂ ਗਰੀਬ ਮਾਰ ਹੋ ਰਹੀ ਹੈ, ਗਰੀਬ ਮਾਰ ਹੋ ਰਹੀ ਹੈ ਨਾ,
ਗਰੀਬ ਯਾਨੀ ਉਸ ਵਿਚਾਰਿਆਂ ਦਾ ਕਸੂਰ ਨਹੀਂ ਹੈ, ਪਰ ਉਹਨਾਂ ਨੂੰ ਮਾਰ ਪੈ ਰਹੀ ਹੈ। ਕੀ ਚਾਹੀਦੀ ਸੀ ਨਾ, ਗਰੀਬ ਮਾਰ ਨਹੀਂ ਹੋਣ ਦੇਣਾ। ਕਹਿੰਦੇ ਹੁਣ ਉਹਨੇ ਚੋਰੀ ਕੀਤੀ ਨਹੀਂ, ਵਿਚਾਰੇ ਚੋਰੀ ਕਰਨ ਆਏ ਨਹੀਂ, ਪਰ ਮਾਰ ਤਾਂ ਉਹਨਾਂ ਨੂੰ ਪੈ ਰਹੀ ਹੈ, ਅਤੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਵੀ ਕਰ ਦਿੱਤਾ ਜਾਏਗਾ ਕੁੱਟ ਮਾਰ ਕੇ। ਵੀ ਉਹ ਦੱਸਣਗੇ ਨਹੀਂ ਅਸੀਂ, ਉਹ ਵਿਚਾਰੇ ਆਏ ਨਹੀਂ ਤਾਂ ਕਿਵੇਂ ਕਹਿਣਗੇ ਅਸੀਂ ਆਏ ਹਾਂ। ਚੌਕੀਦਾਰ ਨਹੀਂ, ਨਹੀਂ ਚੌਕੀਦਾਰ ਨਹੀਂ ਬੇਟਾ, ਕਈਆਂ ਨੂੰ ਪਕੜ ਲਿਆ ਨਾ, ਜਿਹੜੇ ਚੋਰੀ ਕਰਨ ਦਾ ਜਿਹਨੂੰ ਸ਼ੱਕ ਹੁੰਦਾ, ਡਾਊਟ ਹੁੰਦਾ, ਉਹਨਾਂ ਸਾਰਿਆਂ ਨੂੰ ਪਕੜ ਲਿਆ। ਉਹਨਾਂ ਨੂੰ ਪਕੜ ਲਿਆ ਤਾਂ ਸੋਚਿਆ ਵੀ ਕੋਈ ਤਾਂ ਦੱਸੇਗਾ ਨਾ ਵੀ ਕੌਣ ਆਇਆ ਸੀ। ਜਦੋਂ ਮਾਰ ਪੈਂਦੀ ਉਹ ਵਿਚਾਰੇ ਕਹਿ ਦਿੰਦੇ ਨਾ ਹਾਂ ਮੈਂ ਆਇਆ ਸੀ, ਉਹ ਇੰਨੀ ਕਿੰਨੀ ਬੁਰੀ ਤਰ੍ਹਾਂ ਮਾਰਦੇ ਨੇ ਥਾਣੇ ਵਿੱਚ, ਕਿੰਨੀ ਬੁਰੀ ਤਰ੍ਹਾਂ ਮਾਰਦੇ ਨੇ। ਫਿਰ ਉਸ ਨੂੰ ਕਿਹਾ ਕਿ ਕਹਿੰਦੇ ਨਹੀਂ ਅਸੀਂ ਤਾਂ ਕੋਈ ਚੋਰੀ ਆਏ ਨਹੀਂ, ਅਸੀਂ ਤਾਂ ਤੁਹਾਡੇ ਮਹਿਲ ਵਿੱਚ। ਹੁਣ ਕੀ ਹੋਇਆ, ਹੁਣ ਜਿਸ ਵੇਲੇ ਉਹਨੂੰ ਪਤਾ ਲੱਗਿਆ ਨਾ ਇਹਨੂੰ ਘੁੰਮੀ ਚੋਰ ਨੂੰ ਵੀ ਤਾਂ ਗਰੀਬ ਮਾਰ ਹੋ ਰਹੀ ਹੈ, ਇਸ ਤਰ੍ਹਾਂ ਤੀਜੀ ਸ਼ਰਤ ਜਿਹੜੀ ਹੈ ਉਹ ਅਧੂਰੀ ਰਹਿ ਜਾਏਗੀ, ਉਹ ਤਾਂ ਗਲਤ ਹੋ ਜਾਏਗੀ ਨਾ। ਉਹ ਚੱਲ ਕੇ ਆਪ ਗਿਆ ਰਾਜੇ ਕੋਲੋਂ, ਕਹਿੰਦੇ ਰਾਜਾ ਤੇਰਾ ਚੋਰ ਮੈਂ ਆ। ਉਹਨੇ ਸੱਚ ਬੋਲਣਾ ਸੀ ਨਾ, ਤੇਰਾ ਚੋਰ ਮੈਂ ਆ, ਇਹਨਾਂ ਵਿਚਾਰਿਆਂ ਨੂੰ ਛੱਡ ਦੇ, ਇਹਨਾਂ ਨੇ ਚੋਰੀ ਕਰਨ ਵਾਸਤੇ ਨਹੀਂ ਆਇਆ। ਕਹਿੰਦੇ ਮੈਂ ਕਿਵੇਂ ਮੰਨਾ? ਕਹਿੰਦੇ ਦੇਖੋ, ਜੇ ਤੁਹਾਨੂੰ ਯਕੀਨ ਨਹੀਂ ਹੈ, ਜੇ ਤੁਹਾਨੂੰ ਯਕੀਨ ਨਹੀਂ ਹੈ ਤਾਂ ਜੋ ਦਰਬਾਨ ਹੈ, ਜੋ ਚੌਕੀਦਾਰ ਖੜ੍ਹਾ ਹੈ, ਉਸ ਕੋਲ ਪੁੱਛ ਲਓ। ਮੈਂ ਉਸ ਤੋਂ ਪੁੱਛ ਕੇ ਉਹਨੂੰ ਦੱਸ ਕੇ ਆਇਆ ਮੈਂ ਚੋਰ ਹਾਂ। ਉਹਨੂੰ ਬੁਲਾਇਆ, ਕਹਿੰਦੇ ਨੇ ਤੂੰ ਇਹਨੂੰ ਅੰਦਰ ਕਿਵੇਂ ਆਉਣ ਦਿੱਤਾ ਜਿਸ ਵੇਲੇ ਕਿਹਾ ਸੀ ਚੋਰ ਹੈ? ਕਹਿੰਦੇ ਮੈਂ ਸੋਚਿਆ ਵੀ ਚੋਰ ਕਦੇ ਕਹਿੰਦਾ ਮੈਂ ਚੋਰ ਹਾਂ, ਚੋਰ ਕਦੇ ਕਹਿੰਦਾ ਮੈਂ ਚੋਰ ਹਾਂ, ਨਹੀਂ ਨਾ। ਇਸਨੇ ਕਿਹਾ ਕਿ ਮੈਂ ਸੋਚਿਆ ਤੁਹਾਡਾ ਕੋਈ ਰਿਸ਼ਤੇਦਾਰ ਹੈ, ਰਾਤੀ ਵੇਲੇ ਮਿਲਣ ਆਇਆ, ਜਿਵੇਂ ਇਹਨੂੰ ਟਾਈਮ ਨਹੀਂ ਮਿਲਿਆ ਹੋਏਗਾ, ਇਸ ਕਰਕੇ ਮੈਂ ਉਹਨੂੰ ਆਣ ਦਿੱਤਾ। ਅਤੇ ਫਿਰ ਵਾਪਿਸ ਵੀ ਖਾਲੀ ਹੱਥ ਗਿਆ, ਮੈਂ ਇਹਨੂੰ ਜਾਣ ਦਿੱਤਾ। ਅਤੇ ਫਿਰ ਕਹਿੰਦੇ ਫਿਰ ਤੂੰ ਸਮਾਨ ਬੰਨਿਆ ਵੀ ਸਹੀ, ਲੈ ਕੇ ਕਿਉਂ ਨਹੀਂ ਗਿਆ? ਤੈਨੂੰ ਆਉਣ ਦੀ ਪਰਮਿਸ਼ਨ ਮਿਲ ਗਈ, ਤੂੰ ਚੁੱਕ ਵੀ ਲਿਆ, ਲੈ ਕੇ ਕਿਉਂ ਨਹੀਂ ਗਿਆ? ਫਿਰ ਉਹਨੇ ਦੱਸਿਆ ਕਿ ਮੈਂ ਕਿਸੇ ਸ਼ਰਤ ਵਿੱਚ ਬੰਨਿਆ ਹੋਇਆ ਸੀ, ਮੈਂ ਕਿਸੇ ਨਾਲ ਪ੍ਰੋਮਿਸ ਕੀਤਾ ਹੋਇਆ ਸੀ, ਉਹ ਮੈਂ ਪ੍ਰੋਮਿਸ ਨਹੀਂ ਕਰ ਸਕਦਾ। ਕਹਿੰਦੇ ਕੀ ਪ੍ਰੋਮਿਸ ਕੀਤਾ ਹੋਇਆ ਸੀ? ਕਹਿੰਦੇ ਮੈਂ ਨਮਕ ਖਾ ਕੇ ਨਮਕ ਹਰਾਮ ਨਹੀਂ ਬਣ ਸਕਦਾ, ਹੈ ਨਾ। ਯਾਨੀ ਮੈਂ ਤੇਰੇ ਘਰ ਦਾ ਨਮਕ ਖਾ ਲਿਆ, ਚੂਰਨ ਖਾ ਲਿਆ ਮੈਂ ਤੇਰੇ ਘਰ ਦਾ ਰਾਜਾ, ਇਸ ਲਈ ਮੈਂ ਤੇਰਾ ਸਮਾਨ ਚੁੱਕ ਕੇ ਨਹੀਂ ਜਾ ਸਕਦਾ। ਉਹ ਬੜਾ ਹੈਰਾਨ ਹੋਇਆ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਦਾ ਚੋਰ ਹੈ। ਫਿਰ ਕਹਿੰਦੇ ਫਿਰ ਜਿਸ ਵੇਲੇ ਮੈਨੂੰ ਪਤਾ ਲੱਗਿਆ ਬਈ ਗਰੀਬ ਮਾਰ ਹੋ ਰਹੀ ਹੈ, ਅਤੇ ਇਹ ਵੀ ਮੈਂ ਨਹੀਂ ਕਰਨ ਹੋਣ ਦੇ ਸਕਦਾ ਸੀ। ਗਰੀਬ ਮਾਰ ਯਾਨੀ ਉਹਨਾਂ ਵਿਚਾਰਿਆਂ ਨੇ ਚੋਰੀ ਕੀਤੀ ਨਹੀਂ ਸੀ, ਮਾਰ ਤਾਂ ਉਹਨਾਂ ਨੂੰ ਪੈ ਰਹੀ ਸੀ ਨਾ, ਇਹ ਤਾਂ ਪਕੜਿਆ ਹੀ ਨਹੀਂ ਗਿਆ, ਇਹ ਤਾਂ ਪਕੜਿਆ ਹੀ ਨਹੀਂ ਗਿਆ। ਜਿਸ ਤੇ ਡਾਊਟ ਸੀ ਉਹ ਪਕੜੇ ਗਏ ਵਿਚਾਰੇ, ਅਤੇ ਉਹਨਾਂ ਨੂੰ ਕੁੱਟ ਕੁੱਟ ਕੇ ਪੁੱਛ ਰਹੇ ਸਨ ਕਿ ਚੋਰੀ ਕਰਨ ਤੁਸੀਂ ਆਏ ਸੀ? ਹਾਂ, ਕਿਸੇ ਹੋਰ ਤੋਂ ਭੁਗਤਣਾ ਪੜੇ, ਤਾਂ ਉਹ ਵੀ ਤਾਂ ਉਸ ਕੰਡੀਸ਼ਨ ਸੀ ਨਾ, ਸ਼ਰਤ ਸੀ ਨਾ, ਉਸਨੇ ਉਹਨੂੰ ਪੂਰਾ ਕਰਨਾ ਸੀ। ਅਤੇ ਕਹਿੰਦਾ ਜੀ ਨਹੀਂ, ਮਤਲਬ ਮੈਂ ਹੀ ਚੋਰ ਸੀ ਤੁਹਾਡਾ, ਮੈਨੂੰ ਜੋ ਸਜ਼ਾ ਦੇਣੀ ਦਿਓ, ਇਹਨਾਂ ਸਾਰਿਆਂ ਨੂੰ ਛੱਡ ਦਿਓ। ਹੁਣ ਕੀ ਹੁੰਦਾ ਹੈ, ਉਸ ਵੇਲੇ ਸਮਝ ਕੁਰਸੀ ਲੈ ਲਓ ਨਾ। ਫਿਰ ਕੀ ਹੁੰਦਾ, ਉਹਨਾਂ ਨੇ ਕਿਹਾ ਕਿ ਉਹ ਬੜੇ ਬੜੇ ਹੈਰਾਨ ਹੋਏ ਬਈ ਇਤਨਾ ਇਤਨਾ ਸੱਚਾ ਸੁੱਚਾ ਕੋਈ ਚੋਰ ਹੁੰਦਾ, ਇੰਨਾ ਸੱਚ ਬੋਲਣ ਵਾਲਾ ਵੀ ਕੋਈ ਚੋਰ ਹੁੰਦਾ। ਕਹਿੰਦੇ ਮੈਨੂੰ ਹੁਣ ਇਹ ਦੱਸ, ਰਾਜਾ ਕਹਿੰਦਾ ਹੁਣ ਮੈਨੂੰ ਇਹ ਦੱਸ, ਇਹ ਸਿੱਖਿਆ ਤੈਨੂੰ ਮਿਲੀ ਕਿੱਥੋਂ? ਉਹ ਕਹਿੰਦੇ ਜੀ ਮੈਨੂੰ ਮੇਰੇ ਗੁਰੂ ਨਾਨਕ ਦੇਵ ਜੀ ਮਿਲੇ ਨੇ, ਕਹਿੰਦੇ ਮੈਨੂੰ ਉਹਨਾਂ ਦੇ ਕੋਲ ਲੈ ਜਾ। ਉਹ ਰਾਜਾ ਹੁੰਦਾ ਮੈਨੂੰ ਵੀ ਉਹਨਾਂ ਨਾਲ ਮਿਲਾ, ਮੈਂ ਇਹੋ ਜਿਹੇ ਮਹਾਂਪੁਰਸ਼ਾਂ ਨੂੰ ਮਿਲਣਾ ਚਾਹੁੰਦਾ ਜੋ ਇਸ ਤਰ੍ਹਾਂ ਚੋਰ ਦਾ ਜੀਵਨ ਵੀ ਬਦਲ ਸਕਦੇ ਨੇ, ਚੋਰੀ ਕਰਦੇ ਹੋਏ ਵੀ ਚੋਰ ਦਾ ਜੀਵਨ ਬਦਲ ਦਿੱਤਾ, ਮੈਨੂੰ ਉਹਨਾਂ ਨੂੰ ਮਿਲਾ। ਫਿਰ ਉਹਨਾਂ ਕੋਲ ਛੁੱਟ ਜਾਏਗੀ, ਆਪਣੇ ਆਪ ਛੁੱਟ ਜਾਏਗੀ ਨਾ। ਫਿਰ ਰਾਜਾ ਉਸਨੂੰ ਕਹਿੰਦਾ ਇਤਨੇ ਇਮਾਨਦਾਰ ਬੰਦੇ ਨੂੰ ਉਹ ਆਪਣਾ ਮੰਤਰੀ ਬਣਾ ਲਿਆ। ਰਾਜਾ ਉਸ ਚੋਰ ਨੂੰ, ਭੂਮੀ ਚੋਰ ਨੂੰ, ਰਾਜਾ ਜਿਹੜਾ ਹੈ ਉਹ ਇਤਨਾ ਇਮਾਨਦਾਰ ਬੰਦੇ ਨੂੰ ਆਪਣਾ ਮੰਤਰੀ ਬਣਾ ਲੈਂਦਾ। ਇੰਨਾ ਇਮਾਨਦਾਰ ਚੋਰ ਹੋ ਕੇ ਵੀ ਇੰਨਾ ਇਮਾਨ
ਇਮਾਨਦਾਰ ਤਾਂ ਇੰਨਾ ਇਮਾਨਦਾਰ ਕਿੱਥੇ ਮਿਲੇਗਾ ਮੈਨੂੰ। ਉਹਨੂੰ ਆਪਣਾ ਮੰਤਰੀ ਬਣਾ ਲੈਂਦਾ, ਫਿਰ ਗੁਰੂ ਨਾਨਕ ਪਾਤਸ਼ਾਹ ਦੇ ਉਹ ਦਰਸ਼ਨ ਕਰਵਾਉਂਦਾ ਉਹਨੂੰ, ਅਤੇ ਉਸ ਤੋਂ ਬਾਅਦ ਇਹ ਭੂਮੀਆਂ ਚੋਰ ਮੰਤਰੀ ਵੀ ਬਣਦਾ, ਉਹ ਰਾਜਾ ਜਿਹੜਾ ਹੈ ਗੁਰੂ ਦੀ ਸੰਗਤ ਬਣਾ ਕੇ ਉਹ ਬਹੁਤ ਵੱਡਾ ਪ੍ਰਚਾਰਕ, ਉਹ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਪਾ ਕੇ ਉਹ ਪ੍ਰਚਾਰਕ ਬਣ ਜਾਂਦਾ, ਅਤੇ ਇਸ ਨੂੰ ਇੱਕ ਤਰ੍ਹਾਂ ਦਾ ਮੰਤਰੀ ਮਿਲ ਜਾਂਦਾ। ਤਾਂ ਫਿਰ ਉਹ ਜਿਹੜਾ ਰਾਜ ਭਾਗ ਦਾ ਜਿਹੜਾ ਹੁੰਦਾ ਨਾ ਲਾਲਚ ਹੁੰਦਾ ਜਾਂ ਜਿਸ ਮਨ ਵਿੱਚ ਦਿਮਾਗ ਹੁੰਦਾ ਵੀ ਮੈਂ ਰਾਜਾ, ਉਹ ਸਾਰੀ ਜਿਹੜੀ ਚੀਜ਼ਾਂ ਨੇ ਉਹ ਆਪਣੇ ਆਪ ਗੁਰੂ ਮਹਾਂਪੁਰਸ਼ਾਂ ਦੇ ਸੰਗਤ ਮਿਲ ਜਾਏ ਉਹ ਆਪਣੇ ਆਪ ਹੱਟ ਜਾਂਦੀ ਹੈ। ਚੋਰ ਚੋਰੀ ਕਰਦਾ ਹੋਇਆ ਵੀ ਮੰਤਰੀ ਬਣ ਗਿਆ ਹੈ ਨਾ, ਰਾਜੇ ਦੇ ਇੱਥੇ ਮੰਤਰੀ ਬਣ ਗਿਆ, ਅਤੇ ਉਸ ਰਾਜੇ ਦੇ ਮਨ ਦਾ ਵੀ ਹਿਰਦਾ ਜਿਹੜਾ ਉਹ ਬਦਲ ਗਿਆ, ਉਹ ਵੀ ਗੁਰੂ ਦੀ ਸੰਗਤ ਵਿੱਚ ਪਾ ਕੇ ਉਹ ਵੀ ਨਿਹਾਲ 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 ਹੋ ਗਿਆ। ਠੀਕ ਹੈ, ਇਸ ਤਰ੍ਹਾਂ ਜਿਸ ਨੂੰ ਆਪਾਂ, ਇਸ ਲਈ ਤਾਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਵੀ ਤਾਂ ਸੰਗਤ ਹੈ, ਬਾਣੀ ਨੂੰ ਪੜ੍ਹਦੇ ਹਾਂ ਤਾਂ ਕੋਈ ਕੋਈ ਅੱਖਰ ਸਾਡੇ ਦਿਮਾਗ ਵਿੱਚ ਆਉਂਦਾ ਹੈ, ਕਦੇ ਉਸ ਤੁੱਕ ਨੂੰ ਯਾਦ ਕਰਦੇ ਹਾਂ ਕਿ ਸਾਡੇ ਮਨ ਵਿੱਚ ਆਉਂਦਾ ਵੀ ਸਾਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ, ਫਿਰ ਕਦੇ ਸਾਨੂੰ ਵਿਸਾਖੀ ਯਾਦ ਆ ਜਾਏ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਤਾਂ ਅਸੀਂ ਦੇਖੋ। ਗੁਰੂ ਪਾਤਸ਼ਾਹ ਇੱਕ ਸ਼ਬਦ ਕਹਿੰਦੇ ਨੇ, ਉਹਨਾਂ ਦੇ ਨਾਲ ਉਹਨੇ ਜੀਵਨ ਬਦਲ ਗਏ। ਆਪਾਂ ਵੀ ਤਾਂ ਰੋਜ਼ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਸਾਡਾ ਜੀਵਨ ਵੀ ਤਾਂ ਬਦਲਣਾ ਚਾਹੀਦਾ ਨਾ। ਇਸ ਲਈ ਆਪਾਂ ਪਿਆਰ ਨਾਲ ਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ। ਤਾਂ ਕਿਹਾ ਨਾ, ਗੁਰੂ ਨਾਨਕ ਜਿਨ ਸੁਣਿਆ ਪ੍ਰੇਖਿਆ ਸੇ ਵੀਰ ਦਰਬਾਸ ਨਾ ਕਰਿਆ। ਮੈਂ ਮੂਰਖ ਕੀ ਚੇਤਕ ਬਾਤ ਹੈ, ਕੋਟ ਅਪਰਾਧੀ ਤਰਿਆ, ਕਰੋੜੋਂ ਅਪਰਾਧੀ ਜਿਹੜੇ ਸਨ, ਪਾਪੀ ਜਿਹੜੇ ਸਨ, ਉਹ ਤਰ ਗਏ, ਲੱਖਾਂ ਤਰ ਗਏ, ਲੱਖਾਂ ਨੇ ਤਰ ਜਾਣਾ ਜਿਨ੍ਹਾਂ ਨੇ ਤੇਰਾ ਨਾਮ ਲਿਆ। ਪਰਮਾਤਮਾ ਦਾ ਨਾਮ ਨਾਲ ਜੋੜਦੇ ਨੇ, ਸਾਨੂੰ ਪਿਆਰ ਦਾ ਜੀਵਨ ਜੀਣਾ ਸਿਖਾਉਂਦੇ ਨੇ, ਸਾਰਿਆਂ ਨਾਲ ਪਿਆਰ ਕਰਨਾ ਸਿਖਾਉਂਦੇ ਨੇ, ਅਤੇ ਚੰਗੇ ਕਰਮ ਕਰਨਾ ਸਿਖਾਉਂਦੇ ਨੇ, ਨੇਕ ਕਰਮ ਕਰਨਾ ਸਿਖਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਝ ਆਈ ਸਾਰਿਆਂ ਨੂੰ? ਪ੍ਰਸ਼ਨ ਪੁੱਛ ਲਾ, ਪੁੱਛ ਲਾ।